ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਪੀ ਸਟੱਡੀ ਨੋਟਸ ਤੇ ਉੱਪਰ ਜੀ ਸੋ ਮਾਸਟਰ ਕਲਾਸਰ ਐਸਐਸਟੀ ਦੀ ਲੈਕਚਰਲ ਹਿਸਟਰੀ ਦੀ ਪੀਐਸਟੈਟ ਸੀਟਾ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਜੀ ਉਹ ਹੈ ਮੌਰੀਆ ਸਾਮਰਾਜ ਜੀ ਸੋ ਇਸ ਦੇ ਵਿੱਚੋਂ ਚੰਦਰਗੁਪਤ ਮੌਰੀਆ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ 40 ਐਮਸੀਕਿਊਜ਼ ਦੇ ਰਹੇ ਹਾਂ ਆਪਾਂ ਪੂਰੇ ਟੌਪਿਕ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸੋ ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਜਾ ਕੇ ਇਸ ਤੋਂ ਪਹਿਲਾਂ ਜਿੰਨੇ ਵੀ ਅਪਲੋਡ ਵੀਡੀਓ ਨੇ ਉਹ ਦੇਖ ਸਕਦੇ ਨੇ ਜੀ ਪੇਪਰ ਤੋਂ ਪਹਿਲਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸੋ ਅੱਜ ਦਾ ਜਿਹੜਾ ਫਰਸਟ ਕੁਐਸਚਨ ਹੈ ਜੀ ਮੌਰੀਆ ਸਾਮਰਾਜ ਦਾ ਸੰਸਥਾਪਕ ਕੌਣ ਸੀ ਜੀ ਸੋ ਚੌਥੀ ਸਦੀ ਸਾਪੂਰਵ ਦੇ ਵਿੱਚ ਭਾਰਤ ਦੇ ਵਿੱਚ ਮੌਰੀਆ ਸਾਮਰਾਜ ਦਾ ਜਿਹੜਾ ਉਥਾਨ ਹੋਇਆ ਸੀ ਔਰ ਇਸ ਦਾ ਜਿਹੜਾ ਸੰਸਥਾਪਕ ਸੀ ਉਹ ਸੀ ਜੀ ਚੰਦਰਗੁਪਤ ਔਰ ਇਸ ਦਾ ਜਿਹੜਾ ਸਮਾਂ ਮੰਨਿਆ ਜਾਂਦਾ ਹੈ ਜੀ ਉਹ ਮੰਨਿਆ ਜਾਂਦਾ ਹੈ ਜੀ 323 ਈਸਾ ਪੂਰਵ ਤੋਂ 184 ਈਸਾ ਪੂਰਵ ਜੀ ਸੋ ਨੰਦ ਵੰਸ਼ ਨੂੰ ਖਤਮ ਕਰਕੇ ਜੇਕਰ ਪੁੱਛਿਆ ਜਾਏ ਕਿ ਮੌਰੀਆ ਸਾਮਰਾਜ ਦੀ ਜਿਹੜੀ ਸਥਾਪਨਾ ਹੈ ਕਿਸ ਵੰਸ਼ ਨੂੰ ਖਤਮ ਕਰਕੇ ਰੱਖੀ ਗਈ ਸੀ ਤਾਂ ਨੰਦ ਵੰਸ਼ ਦੇ ਤਾਨਾ ਨੰਦ ਨੂੰ ਜਿਹੜਾ ਹੈ ਹਰਾ ਕੇ ਜਾਂ ਉਸ ਨੂੰ ਖਤਮ ਕਰਕੇ ਜਿਹੜਾ ਹੈ ਚੰਦਰਗੁਪਤ ਮੌਰੀਆ ਨੇ ਸਾਮਰਾਜ ਮੌਰੀਆ ਸਾਮਰਾਜ ਦੀ ਜਿਹੜੀ ਨੀ ਹੈ ਉਹ ਰੱਖੀ ਸੀ ਜੀ ਕੁਐਸਚਨ ਨੰਬਰ ਅਗੇ 2 ਹੈ ਜੀ ਸਿਕੰਦਰ ਨੇ ਭਾਰਤ ਤੇ ਹਮਲਾ ਕਦੋਂ ਕੀਤਾ ਸਹੀ ਆਨਸਰ ਆਏਗਾ ਜੀ অপਸ਼ਨ ਸੀ ਜੀ ਸੋ 326 ਈਸਾ ਪੂਰਵ ਦੇ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਹੈ ਜੀ 326 ਈਸਾ ਪੂਰਵ ਦੇ ਵਿੱਚ ਜਿਹੜਾ ਹੈ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਸੀ ਜੀ ਔਰ ਯੂਨਾਨ ਦਾ ਸ਼ਾਸਕ ਸੀ ਜੀ ਉਹ ਔਰ ਉਸ ਦੀ ਜਿਹੜੀ ਮੌਤ ਹੋਈ ਸੀ ਉਹ 326 ਈਸਾ ਪੂਰਵ ਦੇ ਵਿੱਚ ਹੋਈ ਸੀ ਬੇਬੀ ਲਾਉਣ ਦੇ ਵਿੱਚ ਹੋਈ ਸੀ ਵਾਪਸ ਯੂਨਾਨ ਨੂੰ ਜਾਂਦੇ ਹੋਏ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 3 ਚੰਦਰਗੁਪਤ ਮੌਰੀਆ ਦਾ ਜਿਹੜਾ ਜਨਮ ਹੈ ਕਦੋਂ ਹੋਇਆ ਸੀ ਜੀ ਤਾਂ ਇਸ ਦਾ ਜਿਹੜਾ ਆਨਸਰ ਹੈ ਜੀ অপਸ਼ਨ ਸੀ ਹੈ ਜੀ 345 ਇਸਾ ਪੂਰਵ ਦੇ ਵਿੱਚ ਜੀ ਸੋ ਬੋਧੀ ਪਰੰਪਰਾ ਅਨੁਸਾਰ ਜਿਹੜਾ ਹੈ ਚੰਦਰਗੁਪਤ ਦਾ ਪਿਤਾ ਮੌਰੀਆ ਨਗਰ ਦਾ ਰਾਜਾ ਸੀ ਜੀ ਥੋੜੇ ਸਮੇਂ ਬਾਅਦ ਇੱਕ ਹੋਰ ਰਾਜੇ ਨੇ ਉਸ ਉੱਤੇ ਹਮਲਾ ਕਰਕੇ ਉਸ ਨੂੰ ਮਾਰ ਸੁੱਟਿਆ ਸੀ ਔਰ ਉਸ ਸਮੇਂ ਚੰਦਰਗੁਪਤ ਦੀ ਮਾਤਾ ਜਿਹੜੀ ਉਹ ਗਰਭਵਤੀ ਸੀ ਜੀ ਔਰ ਉਹ ਆਪਣੇ ਭਰਾ ਕੋਲ ਪੁਸ਼ਪਪੁਰ ਚਲੀ ਗਈ ਸੀ ਜਿੱਥੇ ਉਸ ਨੇ ਚੰਦਰਗੁਪਤ ਨੂੰ ਜਨਮ ਦਿੱਤਾ ਔਰ ਡਾਕਟਰ ਪੀ ਐਲ ਭਾਰਗਵ ਦੇ ਕਥਨ ਦੇ ਅਨੁਸਾਰ ਜਿਹੜੀ ਉਹਦੀ ਜਨਮ ਮਿਤੀ ਹੈ ਉਹ ਅਤੇ 345 ਈਸਾ ਪੂਰਵ ਜਿਹੜੀ ਹੈ ਹੈਗੀ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 4 ਜੀ ਸਟ੍ਰੈਬੋ ਏਰੀਅਨ ਅਤੇ ਜਸਟਿਨ ਚੰਦਰ ਗੁਪਤ ਨੂੰ ਕਿਸ ਨਾਮ ਦੇ ਨਾਲ ਜਿਹੜਾ ਪੁਕਾਰਦੇ ਨੇ ਜੀ ਸੋ ਇਸ ਦੇ ਨਾਮ ਦੇ ਨਾਲ ਵੀ ਕਈ ਨਾਵਾਂ ਦੇ ਨਾਲ ਇਸ ਨੂੰ ਪੁਕਾਰਿਆ ਜਾਂਦਾ ਹੈ ਜੀ ਚੰਦਰ ਗੁਪਤ ਨੂੰ ਵੀ ਸੋ ਇਸ ਦਾ ਜਿਹੜਾ ਸਟ੍ਰੈਬੋ ਏਰੀਅਨ ਤੇ ਜਸਟਿਨ ਚੰਦਰ ਗੁਪਤ ਨੂੰ ਕਹਿੰਦੇ ਨੇ অপਸ਼ਨ ਡੀ ਸਹੀ ਹੈ ਜੀ ਸੈਂਡਰੋਕਟਸ ਵੀ ਕਹਿੰਦੇ ਨੇ ਔਰ ਸੈਂਡਰੋਪਟਸ ਵੀ ਕਹਿੰਦੇ ਨੇ ਜੀ ਦੋਨੋਂ ਜਿਹੜੇ ਨਾਮ ਦੱਸਦੇ ਨੇ ਸਟ੍ਰੈਬੋ ਏਰੀਅਨ ਤੇ ਜਸਟਿਨ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 5 ਹੈ ਜੀ ਵਿਸ਼ਖਾਦੱਤ ਨੇ ਮੁਦਰਾ ਰਾਖਸ਼ਸ ਦੇ ਵਿੱਚ ਚੰਦਰਗੁਪਤ ਲਈ ਕਿਸ ਸ਼ਬਦ ਦੀ ਵਰਤੋਂ ਜਿਹੜੀ ਹੈ ਕੀਤੀ ਹੈ ਜੀ ਸਹੀ ਆਨਸਰ ਹੈ ਜੀ অপਸ਼ਨ ਡੀ ਜੀ ਸੋ ਵਿਸ਼ਖਾਦੱਤ ਨੇ ਇਸ ਨੂੰ ਚੰਦਰਸ਼੍ਰੀ ਔਰ ਵਰਸ਼ਿਪ ਸੋ ਇਹ ਜਿਹੜੇ ਨਾਮ ਦਿੱਤੇ ਨੇ ਜੀ ਸੋ ਇੱਥੇ ਜਿਹੜਾ ਕੁਐਸਚਨ ਵੀ ਆ ਸਕਦਾ ਕਿ ਚੰਦਰਸ਼ੀਰੀ ਤੇ ਵਰਸ਼ਿਪ ਦੇ ਨਾਮ ਨਾਲ ਕਿਸ ਨੇ ਜਿਹੜਾ ਹੈ ਚੰਦਰਗੁਪਤ ਨੂੰ ਪੁਕਾਰਿਆ ਵਿਸ਼ਾਖਾਦੱਤ ਨੇ ਜੀ ਅਗਲਾ ਕੁਐਸਚਨ ਹੈ ਜੀ ਰੁਦਰਾਮਨ ਦੇ ਕਿਸ ਅਭਿਲੇਖ ਵਿੱਚ ਉਸਦਾ ਨਾਮ ਜਿਹੜਾ ਹੈ ਚੰਦਰਗੁਪਤ ਦਾ ਨਾਮ ਜਿਹੜਾ ਸਪਸ਼ਟ ਰੂਪ ਦੇ ਵਿੱਚ ਚੰਦਰਗੁਪਤ ਦਿੱਤਾ ਗਿਆ ਸਹੀ ਆਨਸਰ ਹੈ ਜੀ অপਸ਼ਨ ਸੀ ਜੀ ਜੂਨਾਗੜ੍ਹ ਅਭਿਲੇਖ ਦੇ ਵਿੱਚ ਜਿਹੜਾ ਹੈ ਉਸਦਾ ਨਾਮ ਸਪਸ਼ਟ ਰੂਪ ਦੇ ਵਿੱਚ ਚੰਦਰਗੁਪਤ ਦੇ ਤੱਕ ਗਿਆ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 7 ਮੋਦਰਾ ਰਾਖਸ਼ਸ ਦੇ ਅਨੁਸਾਰ ਮੌਰੀਆ ਵਿੱਚ ਮੌਰੀਆ ਜਿਹੜਾ ਇਸ ਵੰਸ਼ ਦਾ ਨਾਮ ਹੈ ਕਿਉਂ ਪਿਆ ਸਹੀ ਆਨਸਰ ਹੈ ਜੀ অপਸ਼ਨ ਬੀ ਚੰਦਰਗੁਪਤ ਦੀ ਮਾਤਾ ਦੇ ਨਾਮ ਤੇ ਜੀ ਸੋ ਚੰਦਰਗੁਪਤ ਦੇ ਵੰਸ਼ ਦੇ ਨਾਲ ਰਿਲੇਟਡ ਵੀ ਅਲੱਗ-ਅਲੱਗ ਜਿਹੜੀਆਂ ਪਰੰਪਰਾਵਾਂ ਪ੍ਰਚਲਿਤ ਨੇ ਜੀ ਬੋਧੀ ਪਰੰਪਰਾ ਅਨੁਸਾਰ ਜਿਹੜਾ ਚੰਦਰਗੁਪਤ ਸ਼ਾਕਿਆ ਜਾਤੀ ਨਾਲ ਸੰਬੰਧਿਤ ਖਸ਼ਤਰੀਆ ਤੇ ਮੌਰੀਆ ਵੰਸ਼ ਦੇ ਵਿੱਚੋਂ ਸੀ ਸੋ ਇਸ ਵੰਸ਼ ਦੇ ਲੋਕਾਂ ਨੂੰ ਕਿਸੇ ਸਮੇਂ ਹਿਮਾਲਿਆ ਦੇ ਇੱਕ ਭਾਗ ਵਿੱਚ ਸ਼ਰਨ ਲੈਣੀ ਪਈ ਸੀ ਜਿੱਥੇ ਬਹੁਤ ਮੋਰ ਪਾਏ ਜਾਂਦੇ ਸਨ ਇਸ ਲਈ ਇਸ ਵੰਸ਼ ਦਾ ਨਾਮ ਮੌਰੀਆ ਪੈ ਗਿਆ ਇੱਕ ਹੋਰ ਕਥਾ ਦੇ ਅਨੁਸਾਰ ਜਿਹੜਾ ਹੈ ਇਸ ਵੰਸ਼ ਦਾ ਨਾਮ ਮੌਰੀਆ ਇਸ ਲਈ ਪਿਆ ਕਿਉਂਕਿ ਇਸ ਵੰਸ਼ ਦੇ ਪੂਰਵਜਾਂ ਨੇ ਮੌਰੀਆ ਨਗਰ ਨਾਮਕ ਇੱਕ ਨਗਰ ਬਸਾਇਆ ਸੀ ਜਿਸ ਦੀਆਂ ਇੱਟਾਂ ਮੋਰ ਦੀ ਗਰਦਨ ਦੇ ਰੰਗ ਦੀਆਂ ਸਨ ਜੈਨ ਪਰੰਪਰਾ ਦੀ ਜਿਹੜਾ ਗੱਲ ਕਰੀਏ ਤਾਂ ਜੈਨ ਪਰੰਪਰਾ ਅਨੁਸਾਰ ਜਿਹੜਾ ਹੈ ਚੰਦਰਗੁਪਤ ਦੀ ਮਾਤਾ ਇੱਕ ਪਿੰਡ ਦੇ ਮੋਰ ਪਾਲਣ ਵਾਲੇ ਦੀ ਪੁੱਤਰੀ ਸੀ ਔਰ ਡਾਕਟਰ ਬੁੱਧ ਪ੍ਰਕਾਸ਼ ਦੇ ਵਿਚਾਰ ਦੇ ਵਿੱਚ ਮੌਰੀਆ ਲੋਕ ਪਟਨਾ ਜ਼ਿਲ੍ਹੇ ਦੇ ਮੋਰ ਨਾਮੀ ਸਥਾਨ ਨਾਲ ਸੰਬੰਧ ਰੱਖਦੇ ਸਨ ਜੋ ਕੋਲਕੱਤਾ ਤੋਂ 327 ਮੀਲ ਦੇ ਫਾਸਲੇ ਤੇ ਹੈ ਜੀ ਸੋ ਇਸ ਕਰਕੇ ਜਿਹੜਾ ਇਸ ਦਾ ਨਾਮ ਮੌਰੀਆ ਵੰਸ਼ਪਿਆ ਸੋ ਅਲੱਗ-ਅਲੱਗ ਪਰੰਪਰਾਵਾਂ ਨੂੰ ਜੀ ਕੁਐਸਚਨ ਆ ਸਕਦਾ ਕਿ ਬੋਧੀ ਪਰੰਪਰਾਤਾ ਦੇ ਅਨੁਸਾਰ ਜਿਹੜਾ ਹੈ ਕਿਉਂ ਨਾਂ ਇਸ ਦਾ ਜਿਹੜਾ ਮੌਰੀਆ ਵੰਸ਼ਪਿਆ ਤਾਂ ਬ੍ਰੋਬਰੀ ਬੋਧੀ ਪਰੰਪਰਾ ਦੇ ਅਨੁਸਾਰ ਜਿਹੜਾ ਹੈ ਚੰਦਰਗੁਪਤ ਸ਼ਾਕਿਆ ਜਾਤੀ ਨਾਲ ਸੰਬੰਧਿਤ ਕਸ਼ਤਰੀਆ ਦੇ ਮੌਰੀਆ ਵੰਸ਼ੋਂ ਸੀ ਇਸ ਕਰਕੇ ਪਿਆ ਜੀ ਸੋ ਇਸ ਤਰ੍ਹਾਂ ਜਿਹੜਾ ਕੁਐਸਚਨ ਅਲੱਗ-ਅਲੱਗ ਜਿਹੜੇ ਨੇ ਪੁੱਛੇ ਜਾ ਸਕਦੇ ਨੇ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 8 ਕਿਸ ਪਰੰਪਰਾ ਅਨੁਸਾਰ ਚੰਦਰਗੁਪ ਸ਼ਾਕਿਆ ਜਾਤੀ ਨਾਲ ਸੰਬੰਧਿਤ ਕਸ਼ਤਰੀਆ ਦੇ ਮੌਰੀਆ ਵੰਸ਼ ਦੇ ਵਿੱਚੋਂ ਸੀ ਤਾਂ ਆਪਾਂ ਕਰ ਹੀ ਚੁੱਕੇ ਹਾਂ ਜੀ ਬੁੱਧ ਪਰੰਪਰਾ ਦੇ ਅਨੁਸਾਰ ਜੀ ਅਗਲਾ ਕੁਐਸਚਨ ਹੈ ਜੀ ਕਿਸ ਪਰੰਪਰਾ ਅਨੁਸਾਰ ਚੰਦਰਗੁਪ ਦੀ ਮਾਤਾ ਇੱਕ ਪਿੰਡ ਦੇ ਮੋਰ ਪਾਲਣ ਵਾਲੇ ਦੀ ਪੁੱਤਰੀ ਸੀ ਤਾਂ ਇਹ ਸੀ ਜੀ ਜੈਨ ਪਰੰਪਰਾ ਦੇ ਅਨੁਸਾਰ ਸੋ ਇਦਾਂ ਦੇ ਕੁਐਸਚਨ ਜਿਹੜੇ ਨੇ ਆ ਸਕਦੇ ਨੇ ਕੁਐਸਚਨ ਨੰਬਰ ਅੱਗੇ 10 ਹੈ ਜੀ ਕਟਲਿਆ ਕੌਣ ਸੀ ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ ਉਪਰੋਕਤ ਸਾਰੇ ਜੀ ਸੁਚੰਦਰ ਗੁਪਤਾ ਗੁਰੂ ਵੀ ਸੀ ਜੀ ਚੰਦਰ ਗੁਪਤਾ ਪ੍ਰਧਾਨ ਮੰਤਰੀ ਵੀ ਸੀ ਔਰ ਆਨੰਦ ਵੰਸ਼ ਦਾ ਦੁਸ਼ਮਣ ਬ੍ਰਾਹਮਣ ਵੀ ਸੀ ਔਰ ਇਹਦੇ ਵਿੱਚੋਂ ਜਿਹੜਾ ਕੁਐਸਚਨ ਇੰਪੋਰਟੈਂਟ ਹੁੰਦਾ ਕਟਲਿਆ ਦੀ ਪੁਸਤਕ ਪੁੱਛੀ ਜਾਂਦੀ ਹੈ ਤਾਂ ਉਹ ਸੀ ਜੀ ਅਰਥ ਸ਼ਾਸਤਰ ਜਿਹੜੀ ਹੈ ਕਟਲਿਆ ਦੀ ਪ੍ਰਸਿੱਧ ਪੁਸਤਕ ਹੈ ਜੀ ਔਰ ਚਾਨਕਿਆ ਵਿਸ਼ ਨੂੰ ਕਿਹਾ ਜਾਂਦਾ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 11 ਚੰਦਰਗੁਪਤ ਅਤੇ ਕੁਟੱਲਿਆ ਦੀ ਮੁਲਾਕਾਤ ਕਿੱਥੇ ਹੋਈ ਸਹੀ ਆਨਸਰ ਹੈ ਜੀ অপਸ਼ਨ B ਪੁਸ਼ਪਪੁਰ ਦੇ ਵਿੱਚ ਜਿਹੜੀ ਚੰਦਰਗੁਪਤ ਦੀ ਮੁਲਾਕਾਤ ਹੈ ਉਹ ਕੁਟੱਲਿਆ ਦੇ ਨਾਲ ਹੋਈ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 12 ਕੁਟੱਲਿਆ ਨੇ ਚੰਦਰਗੁਪਤ ਨੂੰ ਕਿੰਨੇ ਪਣ ਦੇ ਕੇ ਖਰੀਦਿਆ ਸੀ ਜੀ ਸਹੀ ਆਨਸਰ ਹੈ ਜੀ অপਸ਼ਨ C 1000 ਪਣ ਦੇ ਕੇ ਜੀ ਔਰ ਉਸ ਸਮੇ ਜਿਹੜੀ ਚੰਦਰਗੁਪਤ ਦੀ ਉਮਰ ਸੀ ਮੌਰੀਆ ਦੀ ਉਹ 8-9 ਸਾਲਾਂ ਦੀ ਸੀ ਜਦੋਂ ਉਸ ਦੀ ਚਾਨਕਿਆ ਦੇ ਨਾਲ ਜਾਂ ਜਿਹੜਾ ਕੁਟੜਲਿਆ ਦੇ ਨਾਲ ਮੁਲਾਕਾਤ ਹੋਈ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 13 ਚੰਦਰਗੁਪਤ ਨੇ ਸਿੱਖਿਆ ਕਿੱਥੇ ਪ੍ਰਾਪਤ ਕੀਤੀ ਸਹੀ ਆਨਸਰ ਹੈ ਜੀ অপਸ਼ਨ ਬੀ ਜੀ ਟੈਕਸਿਲਾ ਦੇ ਵਿੱਚ ਉਸ ਨੇ ਜਿਹੜੀ ਸਿੱਖਿਆ ਪ੍ਰਾਪਤ ਕੀਤੀ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 14 ਕਿਸ ਯੂਨਾਨੀ ਲੇਖ ਅਨੁਸਾਰ ਚੰਦਰਗੁਪਤ ਦੀ ਜਵਾਨੀ ਅਵਸਥਾ ਵਿੱਚ ਸਿਕੰਦਰ ਨਾਲ ਮੁਲਾਕਾਤ ਹੋਈ ਜੀ ਸਹੀ ਅਨਸਰ ਹੈ ਜੀ অপਸ਼ਨ ਸੀ ਜੀ ਯੂਨਾਨੀ ਲੇਖਕ ਪਲੂਟਾਰਕ ਦੇ ਅਨੁਸਾਰ ਜਿਹੜਾ ਚੰਦਰਗੁਪਤ ਨੇ ਜਵਾਨੀ ਦੀ ਅਵਸਥਾ ਵਿੱਚ ਸਿਕੰਦਰ ਨਾਲ ਟੈਕਸੀਲਾ ਵਿਖੇ ਜਾਂ ਇਸ ਦੇ ਆਸ-ਪਾਸ ਜਿਹੜੀ ਮੁਲਾਕਾਤ ਕੀਤੀ ਸੀ ਜੀ ਔਰ ਉਸਨੇ ਯੂਨਾਨੀ ਸਮਰਾਟ ਨੂੰ ਇਸ਼ਾਰਾ ਦਿੱਤੀ ਕਿ ਉਸ ਨੂੰ ਮਗਧ ਰਾਜ ਦੇ ਆਨੰਦ ਰਾਜੇ ਦੇ ਵਿਰੁੱਧ ਹਮਲਾ ਕਰਨਾ ਚਾਹੀਦਾ ਹੈ ਤੇ ਉਸ ਨੂੰ ਇਹ ਵਿਸ਼ਵਾਸ ਦਿਵਾਉਣ ਦਾ ਯਤਨ ਕੀਤਾ ਕਿ ਉਹ ਉਸ ਨੂੰ ਇਸ ਕੰਮ ਵਿੱਚ ਸਫਲਤਾ ਹੋਵੇਗੀ ਕਿਉਂਕਿ ਨੰਦ ਰਾਜਾ ਲੋਕਾਂ ਵਿੱਚ ਬਹੁਤ ਬਦਨਾਮ ਹੈ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 15 ਚੰਦਰਗੁਪਤ ਨੇ ਪੰਜਾਬ ਤੇ ਕਬਜਾ ਕਦੋਂ ਕੀਤਾ ਜੀ ਸਹੀ ਆਨਸਰ ਹੈ ਜੀ অপਸ਼ਨ B 322 ઈસવ પૂર્વે ਦੇ ਵਿੱਚ ਜਿਹੜਾ ਚੰਦਰਗੁਪਤ ਨੇ ਪੰਜਾਬ ਤੇ ਕਬਜਾ ਕੀਤਾ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 16 ਸਿਕੰਦਰ ਦੀ ਮੌਤ ਕਦੋਂ ਹੋਈ ਸਹੀ ਅਨਸਰ ਹੈ ਜੀ অপਸ਼ਨ ਬੀ ਜੀ 323 ઈਸਾ ਪੂਰਵ ਦੇ ਵਿੱਚ ਜਿਹੜੀ ਸਿਕੰਦਰ ਦੀ ਮੌਤ ਹੋਈ ਸੀ ਬੇਬੀਲੋਂ ਬਗਦਾਦ ਦੇ ਵਿੱਚ ਜੀ ਯੂਨਾਨ ਨੂੰ ਵਾਪਸ ਜਾਂਦੇ ਹੋਏ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 17 ਚੰਦਰਗੁਪਤ ਮੌਰੀਆ ਸਮੇਂ ਨੰਦ ਵੰਸ਼ ਦੇ ਕਿਸ ਰਾਜੇ ਦਾ ਰਾਜ ਸੀ ਜੀ ਸਹੀ ਅਨਸਰ ਹੈ ਜੀ অপਸ਼ਨ ਡੀ ਤਨਾਨੰਦ ਦਾ ਜੀ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 18 ਨੰਦ ਵੰਸ਼ ਦੇ ਸ਼ਾਸਕਾਂ ਨਾਲ ਲੋਕ ਕਿਉਂ ਕਿਰਨਾ ਕਰਦੇ ਸਨ ਸਹੀ ਅਨਸਰ ਹੈ ਜੀ অপਸ਼ਨ ਬੀ ਸੋ ਨੰਦਵੰਸ਼ ਦੇ ਜਿਹੜੇ ਰਾਜੇ ਨੇ ਮੰਨਿਆ ਜਾਂਦਾ ਕਿ ਨੀਚ ਜਾਤੀ ਦੇ ਨਾਲ ਸੰਬੰਧਿਤ ਸਨ ਇਸ ਕਰਕੇ ਲੋਕ ਜਿਹੜੇ ਉਹਨਾਂ ਦੇ ਨਾਲ ਘਿਰਣਾ ਕਰਦੇ ਸਨ ਨਫ਼ਰਤ ਕਰਦੇ ਸਨ ਦੂਸਰਾ ਇਹ ਹੈ ਕਿ ਸਾਰੇ ਜਿਹੜੇ ਇਸ ਸਮੇਂ ਤਨਾਨੰਦ ਸੀ ਇਹ ਅਤਿਆਚਾਰੀ ਵੀ ਸੀ ਜਿਸ ਕਰਕੇ ਲੋਕਾਂ ਦੇ ਵਿੱਚ ਬਹੁਤ ਬਦਨਾਮ ਸੀ ਸੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 19 ਯੂਨਾਨੀ ਲੇਖਕਾਂ ਨੇ ਚੰਦਰਗੁਪਤ ਦੀ ਕਿਸ ਜਿੱਤ ਦਾ ਵਰਣਨ ਆਪਣੇ ਲੇਖਾਂ ਦੇ ਵਿੱਚ ਕੀਤਾ ਹੈ ਜੀ ਸਹੀ ਆਨਸਰ ਹੈ ਜੀ ਆਪਸ਼ਨ ਬੀ ਪੰਜਾਬ ਦੀ ਸੋ ਜਿਹੜਾ ਹੈ ਪਹਿਲਾਂ ਪੰਜਾਬ ਜਿੱਤਿਆ ਜਾਂ ਮਗਧ ਇਹਦੇ ਵਿੱਚ ਜਿਹੜਾ ਇਤਿਹਾਸਕਾਰਾਂ ਦੇ ਵਿੱਚ મત ਭੇਜਦੇ ਜੀ ਕਿਉਂਕਿ ਚੰਦਰਗੁਪਤ ਦਾ ਜਿਹੜਾ ਯੂਨਾਨੀ ਲੇਖਕਾਂ ਨੇ ਆ ਸਿਰਫ ਇੱਕ ਮਾਤਰ ਪੰਜਾਬ ਦੀ ਜਿੱਤ ਦਾ ਵਰਣਨ ਕੀਤਾ ਹੈ ਜੀ ਜੇਕਰ ਆਪਾਂ ਭਾਰਤੀ ਗ੍ਰੰਥਾਂ ਦੀ ਗੱਲ ਕਰੀਏ ਤਾਂ ਭਾਰਤੀ ਗ੍ਰੰਥਾਂ ਦੇ ਵਿੱਚ ਕੇਵਲ ਜਿਹੜਾ ਹੈ ਮਗਧ ਦੀ ਜਿੱਤ ਦਾ ਵਰਣਨ ਹੈ ਜੀ ਕੁਐਸਚਨ ਨੰਬਰ ਅੱਗੇ 20 ਹੈ ਜੀ ਕਿਸ ਨੇ ਸੂਖਮ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਚੰਦਰਗੁਪਤ ਅਤੇ ਚਾਨਕਿਆ ਨੇ ਪਹਿਲਾਂ ਮਗਧ ਤੇ ਹਮਲਾ ਕੀਤਾ ਪਰ ਅਸਫਲ ਰਹੇ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਜੀ ਮਹਾਵੰਸ਼ ਟਿੱਕਾ ਤੋਂ ਪਤਾ ਲੱਗਦਾ ਹੈ ਜੀ ਇਸ ਗੱਲ ਦਾ ਕਿ ਪਹਿਲਾਂ ਵੀ ਮਗਧ ਤੇ ਜਿਹੜਾ ਹੈ ਹਮਲਾ ਕੀਤਾ ਸੀ ਚੰਦਰਗੁਪਤ ਅਤੇ ਚਾਨਕਿਆ ਨੇ ਪਰ ਅਸਫਲ ਰਹੇ ਸੀ ਕੁਐਸਚਨ ਨੰਬਰ 21 ਹੈ ਜੀ ਸਿਕੰਦਰ ਦੇ ਚਲੇ ਜਾਣ ਤੋਂ ਬਾਅਦ ਉਸ ਦੇ ਕਿਸ ਪ੍ਰਤੀਨਿਧ ਦਾ ਜਿਹੜਾ ਕਤਲ ਹੈ ਕਰ ਦਿੱਤਾ ਗਿਆ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਫਲਿੱਪ ਦਾ ਜੀ ਸੋ ਸਿਕੰਦਰ ਨੇ ਭਾਰਤ ਤੇ ਜਦੋਂ ਹਮਲਾ ਕੀਤਾ ਜਿੱਤ ਤੋਂ ਬਾਅਦ ਜਦੋਂ ਉਹ ਉਸ ਤੋਂ ਪਿੱਛੋਂ ਉੱਤਰ ਪੱਛਮੀ ਭਾਰਤ ਵਿੱਚ ਜਿਹੜਾ ਉਸ ਦਾ ਪ੍ਰਤੀਨਿਧ ਸੀ ਜਿਸ ਨੂੰ ਛੱਡ ਕੇ ਗਿਆ ਸੀ ਫਲਿੱਪ ਨੂੰ ਉਸ ਦਾ 325 ਈਸਾ ਪੂਰਵ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 22 ਚੰਦਰਗੁਪਤ ਨੇ ਮਗਧ ਤੇ ਹਮਲਾ ਕਦੋਂ ਕੀਤਾ ਜੀ ਸਹੀ ਆਨਸਰ ਹੈ ਜੀ অপਸ਼ਨ ਸੀ 321 ਈਸਾ ਪੂਰਵ ਦੇ ਵਿੱਚ ਜਿਹੜਾ ਹੈ ਚੰਦਰਗੁਪਤ ਨੇ ਮਗਧ ਤੇ ਹਮਲਾ ਕੀਤਾ ਕੁਐਸਚਨ ਨੰਬਰ 23 ਹੈ ਜੀ ਚੰਦਰਗੁਪਤ ਅਤੇ ਕੋਟਲਿਆ ਨੇ ਤਨਾਨੰਦ ਨੂੰ ਹਰਾਉਣ ਲਈ ਕਿਸ ਰਾਜੇ ਨਾਲ ਸੰਧੀ ਕੀਤੀ ਜੀ ਸਹੀ ਆਨਸਰ ਹੈ ਜੀ ਆਪਸ਼ਨ ਸੀ ਪਰ ਵਕਤ ਦੇ ਨਾਲ ਜਿਹੜਾ ਹੈ ਸੰਧੀ ਕੀਤੀ ਸੀ ਜੀ ਔਰ ਕੁਝ ਇਤਿਹਾਸਕਾਰਾਂ ਦਾ ਜਿਵੇਂ ਡਾਕਟਰ ਥਾਮਸ ਦਾ ਵਿਚਾਰ ਹੈ ਕਿ ਇਹ ਜਿਹੜਾ ਪਰਵਕਤ ਸੀ ਵਾਸਤਵ ਦੇ ਵਿੱਚ ਜਿਹੜਾ ਇਹ ਫੋਰਸ ਹੀ ਸੀ ਜਿਸ ਨੇ ਸਿਕੰਦਰ ਦੇ ਵਿਰੁੱਧ ਯੁੱਧ ਕੀਤਾ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 24 ਮਮਿੰਦ ਪੰਨੋ ਵਿੱਚ ਮਗਧ ਸੈਨਾ ਦਾ ਸੈਨਾਪਤੀ ਕੌਣ ਦੱਸਿਆ ਗਿਆ ਹੈ ਜੀ ਸਹੀ ਆਨਸਰ ਹੈ ਜੀ ਆਪਸ਼ਨ ਸੀ ਮਗਧ ਦਾ ਜਿਹੜਾ ਸੈਨਾਪਤੀ ਸੀ ਉਹ ਭੱਦਸਾਲ ਸੀ ਜੀ ਉਸ ਸਮੇਂ ਜਦੋਂ ਮਗਧ ਦੀ ਜਿਹੜਾ ਹੈ ਲੜਾਈ ਹੋਈ ਸੀ ਜੀ ਇਹਦੀ ਮਗਧ ਨੂੰ ਜਿੱਤ ਲਈ ਸਿਕੰਦਰ ਦੀ ਚੰਦਰਗੁਪਤ ਦੀ ਸੌਰੀ ਔਰ ਉਸ ਸਮੇ ਜਿਹੜਾ ਹੈ ਉਸ ਦੇ ਵਿੱਚ ਕਾਫੀ ਤਗੜੀ ਸੈਨਾ ਸੀ ਜੀ ਮਗਧ ਦੀ ਮਗਧ ਜਿਹੜਾ ਹੈ ਉਸ ਸਮੇ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਸੀ ਜੀ ਔਰ ਉਸ ਦੇ ਕੋਲ ਜਿਹੜਾ ਮੰਨਿਆ ਜਾਂਦਾ ਆਨੰਦ ਸ਼ਾਸਕ ਦੇ ਕੋਲ 2 ਲੱਖ ਪੈਦਲ ਸੈਨਿਕ 20000 ਘੋੜਸਵਾਰ 2000 ਹਾਥੀ ਤੇ 3000 ਜਿਹੜਾ ਹੈ 2000 ਰੱਥ ਤੇ 3000 ਜਿਹੜੇ ਨੇ ਉਸ ਦੇ ਕੋਲ ਹਾਥੀ ਸੀ ਜੀ ਔਰ ਇਸ ਤੋਂ ਇਲਾਵਾ ਜਿਹੜਾ ਉਸ ਕੋਲ 100 ਉੱਚ ਕੋਟੀ ਦੇ ਸੈਨਿਕ ਸੀ ਜੀ ਔਰ ਇਸ ਯੁੱਧ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜਾ ਹੈ ਉੱਚ ਕੋਟੀ ਦੇ ਸੈਨਿਕਾਂ ਦੇ ਨਾਲ-ਨਾਲ 10000 ਜਿਹੜੇ ਹਾਥੀ 1 ਲੱਖ ਦੇ ਕਰੀਬ ਜਿਹੜਾ ਹੈ ਪੈਦਲ ਸੈਨਿਕ ਵਗੈਰਾ ਮਾਰੇ ਗਏ ਸੀ ਜਾਨੀ ਕਿ ਬਹੁਤ ਭਿਆਨਕ ਜਿਹੜਾ ਯੁੱਧ ਹੋਇਆ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 25 ਚੰਦਰਗੁਪਤ ਦੀ ਤਾਜ ਪੋਸ਼ੀ ਕਦੋਂ ਹੋਈ ਤਾਂ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 321 ਈਸਾ ਪੁਰੂਵ ਦੇ ਵਿੱਚ ਜਿਹੜੀ ਚੰਦਰਗੁਪਤ ਦੀ ਤਾਜਪੋਸ਼ੀ ਹੋਈ ਸੀ ਜੀ ਕੁਐਸਚਨ ਨੰਬਰ 26 ਹੈ ਜੀ ਸਲਿਊਕਸ ਨੇ ਭਾਰਤ ਤੇ ਹਮਲਾ ਕਦੋਂ ਕੀਤਾ ਸਹੀ ਆਨਸਰ ਹੈ ਜੀ অপਸ਼ਨ B 305 ਈਸਾ ਪੁਰੂਵ ਦੇ ਵਿੱਚ ਜਿਹੜਾ ਹੈ ਭਾਰਤ ਤੇ ਸਲਿਊਕਸ ਨੇ ਹਮਲਾ ਕੀਤਾ ਸੀ ਜੀ ਸੋ ਚੰਦਰਗੁਪਤ ਮੌਰੀਆ ਦੀ ਇੱਕ ਮਹੱਤਵਪੂਰਨ ਮਹਾਨ ਸਫਲਤਾ ਸੀ ਯੂਨਾਨੀ ਸ਼ਾਸਕ ਸਲਿਊਕਸ ਨੂੰ ਹਰਾਉਣਾ ਜੀ ਸਿਕੰਦਰ ਦੀ ਮੌਤ ਦੇ ਪਿੱਛੋਂ ਉਸ ਦਾ ਜਿਹੜਾ ਪ੍ਰਸਿੱਧ ਸੈਨਾਪਤੀ ਸੀ ਸਲਯੁਕਸ ਸੰਕੇਟਰ ਸੋ ਉਸ ਨੇ ਪੱਛਮੀ ਤੇ ਮੱਧ ਏਸ਼ੀਆ ਦੇ ਪ੍ਰਦੇਸ਼ਾਂ ਤੇ ਆਪਣਾ ਅਧਿਕਾਰ ਜਮਾ ਲਿਆ ਸੀ ਔਰ ਉਹ ਇੱਕ ਉੱਚੇ ਮਨਸੂਬਿਆਂ ਵਾਲਾ ਸ਼ਾਸਕ ਸੀ ਇਸ ਲਈ ਉਹਨੇ ਸਥਿਤੀ ਨੂੰ ਧਰੂੜ ਕਰਨ ਦੇ ਲਈ ਜਿਹੜਾ ਸਿਕੰਦਰ ਤੋਂ ਬਾਅਦ ਭਾਰਤੀ ਪ੍ਰਦੇਸ਼ਾਂ ਤੇ ਫਿਰ ਦੁਬਾਰਾ ਜਿੱਤ ਕਰਨ ਦੀ ਜਿੱਤ ਪ੍ਰਾਪਤ ਕਰਨ ਦੀ ਸੋਚੀ ਸੀ ਇਸ ਕਰਕੇ ਉਸ ਨੇ 305 ઈਸਾ ਪੂਰਵ ਦੇ ਵਿੱਚ ਜਿਹੜਾ ਭਾਰਤ ਤੇ ਹਮਲਾ ਕੀਤਾ ਸੀ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਸਲਯੁਕਸ ਕੌਣ ਸੀ ਤਾ ਉਹ ਸਿਕੰਦਰ ਦਾ ਇੱਕ ਸੈਨਾਪਤੀ ਸੀ ਜੀ। ਕੁਐਸਚਨ ਨੰਬਰ 27 ਹੈ ਜੀ। ਹਾਰ ਤੋਂ ਬਾਅਦ ਸੈਲਿਊਕਸ ਨੇ ਕਿਹੜੇ ਪ੍ਰਦੇਸ਼ ਸਿਕੰਦਰ ਨੂੰ ਦਿੱਤੇ? ਸੋ ਇੱਥੇ ਸਿਕੰਦਰ ਦੀ ਜਗ੍ਹਾ ਚੰਦਰਗੁਪਤ ਮੌਰੀਆ ਕਰ ਲਿਓ ਜੀ। ਹਾਰ ਤੋਂ ਬਾਅਦ ਸੈਲਿਊਕਸ ਨੇ ਕਿਹੜੇ ਪ੍ਰਦੇਸ਼ ਚੰਦਰਗੁਪਤ ਨੂੰ ਦਿੱਤੇ ਜੀ? ਸਹੀ ਆਨਸਰ ਹੈ ਜੀ অপਸ਼ਨ ਡੀ ਜੀ। ਸੋ ਉਪਰੋਕਤ ਸਾਰੇ ਸੋ ਸਲੂਕਸ ਹਾਰ ਗਿਆ ਸੀ ਜੀ ਉਸ ਤੋਂ ਬਾਅਦ ਉਸਨੇ ਜਿਹੜਾ ਕਾਬਲ ਖੰਧਾਰ ਹਿਰਾਤ ਤੇ ਬਲੋਚਿਸਤਾਨ ਉਪਰੋਕਤ ਸਾਰੇ ਜਿਹੜੇ ਨੇ ਚੰਦਰਗੁਪਤ ਨੂੰ ਦੇ ਦਿੱਤੇ ਸੀ ਔਰ ਇਸ ਤੋਂ ਇਲਾਵਾ ਉਸਨੇ 500 ਹਾਥੀ ਤੇ ਆਪਣੀ ਪੁੱਤਰੀ ਦਾ ਵਿਆਹ ਜਿਹੜਾ ਉਹ ਚੰਦਰਗੁਪਤ ਦੇ ਨਾਲ ਕਰ ਦਿੱਤਾ ਸੀ। ਕੁਐਸਚਨ ਨੰਬਰ 28 ਜੀ ਸਲੂਕਸ ਨੇ ਕਿਹੜੇ ਰਾਜਦੂਤ ਨੂੰ ਚੰਦਰਗੁਪਤ ਦੇ ਦਰਬਾਰ ਦੇ ਵਿੱਚ ਭੇਜਿਆ ਸੀ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਜੀ ਸੋ ਮੈਗਥਨੀਜ਼ ਨੂੰ ਭੇਜਿਆ ਸੀ ਜੀ ਔਰ ਉਸ ਦੀ ਜਿਹੜੀ ਪ੍ਰਸਿੱਧ ਪੁਸਤਕ ਹੈ ਉਹ ਸੀ ਇੰਡਿਕਾ ਜੀ। ਕਵੈਸਚਨ ਆ ਜਾਂਦਾ ਕਿ ਇੰਡਿਕਾ ਕਿਸ ਦੀ ਜਿਹੜੀ ਪ੍ਰਸਿੱਧ ਪੁਸਤਕ ਲਿਖੀ ਹੋਈ ਹੈ ਇੰਡਿਕਾ ਕਿਸ ਦੀ ਹੈ ਤਾਂ ਮੈਗਨਿਸ ਦੀ ਹੈ ਮੈਗਨਿਸ ਕੌਨ ਸੀ ਯੂਨਾਨੀ ਰਾਜਦੂਸੀ ਜੋ ਕਿ ਸਲਿਊਕਸ ਨੇ ਭੇਜਿਆ ਸੀ ਜੀ ਜੇਕਰ ਪੁੱਛਿਆ ਜਾਏ ਕਦੋਂ ਤੋਂ ਕਦੋਂ ਤੱਕ 302 ਤੋਂ ਲੈ ਕੇ 298 ਇਸਾ ਪੂਰਵ ਤੱਕ ਉਹ ਪਾਟਲੀਪੁੱਤਰ ਦੇ ਵਿੱਚ ਰਿਹਾ ਸੀ ਜੀ ਨੈਕਸਟ ਕਵੈਸਚਨ ਹੈ ਜੀ ਕਵੈਸਚਨ ਨੰਬਰ 29 ਰੁਦਰਾਮਨ ਦੇ ਕਿਸ ਅਬਲੇਖ ਤੋਂ ਪਤਾ ਲੱਗਦਾ ਹੈ ਕਿ ਸਉਰਾਸ਼ਟਰ ਪ੍ਰਾਂਤ ਮੌਰੀਆ ਸਾਮਰਾਜ ਦੇ ਵਿੱਚ ਸ਼ਾਮਲ ਸੀ ਜੀ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੂਨਾਗੜ ਅਭਿਲੇਖਤੋਂ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 30 ਚੰਦਰਗੁਪ ਦੁਆਰਾ ਸੋਰਾਸ਼ਟਰ ਪ੍ਰਾਂਤ ਤੇ ਨਿਯੁਕਤ ਗਵਰਨਰ ਦਾ ਨਾਮ ਕੀ ਸੀ ਜੀ ਸਹੀ ਆਨਸਰ ਹੈ ਜੀ অপਸ਼ਨ ਸੀ ਜੀ ਪਸ਼ਪਗਨਤ ਪਸ਼ਗਪਤ ਸੀ ਜੀ ਉਸਦਾ ਨਾਮ ਔਰ ਉਸਨੇ ਜਿਹੜਾ ਹੈ ਸੁਦਰਸ਼ਨ ਝੀਲ ਦਾ ਜਿਹੜਾ ਨਿਰਮਾਣ ਉੱਥੇ ਕਰਵਾਇਆ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 31 ਅਸ਼ੋਕ ਦੇ ਇਸ ਅਬਿਲੇਖ ਤੋਂ ਪਤਾ ਲੱਗਦਾ ਹੈ ਕਿ ਚੰਦਰਗੁਪਤ ਨੇ ਹੀ ਮੈਸੂਰ ਤੱਕ ਦੇ ਦੱਖਣੀ ਭਾਰਤ ਦੇ ਪ੍ਰਦੇਸ਼ਾਂ ਉੱਤੇ ਵੀ ਜਿੱਤ ਪ੍ਰਾਪਤ ਕੀਤੀ ਸੀ ਜੀ ਸਹੀ ਅਨਸਰ ਹੈ ਜੀ ਆਪਸ਼ਨ ਸੀ ਉਪਰੋਕਤ ਦੋਮਾ ਹੈ ਜੀ ਸਿੱਧਪੁਰ ਮੈਸੂਰ ਤੇ ਮਾਸਕੀ ਹైదరాబాద్ ਦੇ ਜਿਹੜੇ ਅਬਿਲੇਖ ਨੇ ਜੀ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਚੰਦਰਗੁਪਤ ਦੇ ਸਮੇਂ ਜਿਹੜਾ ਹੈ ਅ ਉਸਨੇ ਮੈਸੂਰ ਤੱਕ ਦੇ ਦੱਖਣੀ ਭਾਰਤ ਦੇ ਪ੍ਰਦੇਸ਼ਾਂ ਉੱਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੋਈ ਸੀ ਕਵੈਸਚਨ ਨੰਬਰ 32 ਹੈ ਜੇ ਅੱਗੇ ਕਿਸ ਦੇ ਅਨੁਸਾਰ ਚੰਦਰਗੁਪਤ ਮੌਰੀਆ ਨੇ ਸੰਪੂਰਨ ਹਿੰਦੁਸਤਾਨ ਨੂੰ 6 ਲੱਖ ਸੈਨਾ ਦੀ ਮਦਦ ਨਾਲ ਇਸ ਨੂੰ ਆਪਣੇ ਅਧੀਨ ਕੀਤਾ ਜੀ ਸਹੀ ਆਨਸਰ ਹੈ ਜੀ ਆਪਸ਼ਨ ਡੀ ਪਲੂਟਾਰਕ ਦੇ ਅਨੁਸਾਰ ਜੀ ਯੂਨਾਨੀ ਲੇਖਕ ਹੈ ਜੀ ਪਲੂਟਾਰਕ ਉਸ ਦੇ ਕਥਨ ਅਨੁਸਾਰ 6 ਲੱਖ ਸੈਨਾ ਸਹਿਤ ਸਾਰੇ ਭਾਰਤ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਇਸ ਨੂੰ ਜਿਹੜਾ ਆਪਣੇ ਅਧੀਨ ਕੀਤਾ ਚੰਦਰਗੁਪਤ ਨੇ ਨੈਕਸਟ ਹੈ ਜੀ ਕਵੈਸਚਨ ਨੰਬਰ 33 ਚੰਦਰਗੁਪਤ ਮੌਰੀਆ ਨੇ ਮੌਤ ਤੋਂ ਪਹਿਲਾਂ ਕਿਹੜਾ ਮਤ ਜਿਹੜਾ ਹੈ ਧਾਰਨ ਕੀਤਾ ਸੀ ਜੀ ਸਹੀ ਅਨਸਰ ਹੈ ਆਪਸ਼ਨ ਬੀ ਜੀ ਜੈਨ ਧਰਮ ਜਿਹੜਾ ਉਸਨੇ ਧਾਰਨ ਕੀਤਾ ਸੀ ਜੀ ਕੁਐਸਚਨ ਨੰਬਰ 34 ਜੇ ਅੱਗੇ ਚੰਦਰਗੁਪਤ ਕਿਹੜੇ ਜੈਨ ਗੁਰੂ ਨਾਲ ਨਿਰਵਾਣ ਪ੍ਰਾਪਤੀ ਲਈ ਮੈਸੂਰ ਗਿਆ ਜੀ ਸਹੀ ਅਨਸਰ ਹੈ ਜੀ ਆਪਸ਼ਨ ਸੀ ਭਦਰਬਾਹੂ ਦੇ ਨਾਲ ਜੀ ਸੂਚੰਦਰ ਗੁਪਤ ਨੇ ਜਿਹੜਾ 24 ਸਾਲ ਤੱਕ ਰਾਜ ਕੀਤਾ ਜੀ ਔਰ ਜੈਨੀਆਂ ਦੇ ਲੇਖਾਂ ਦੇ ਅਨਸਾਰ ਉਸਨੇ ਆਪਣੇ ਜੀਵਨ ਦੇ ਆਖਰੀ ਸਾਲ ਦੇ ਵਿੱਚ ਜੈਨ ਮਤ ਨੂੰ ਅਪਣਾ ਲਿਆ ਸੀ ਔਰ ਆਪਣੀ ਰਾਜਗੰਦੀ ਨੂੰ ਤਿਆਗ ਕੇ ਤਪ ਕਰਨ ਦੇ ਲਈ ਦੱਖਣ ਵੱਲ ਚਲਾ ਗਿਆ ਸੀ ਔਰ ਉਸਨੇ ਉਪਵਾਸ ਦੁਆਰਾ ਜਿਹੜਾ 298 ਈਸਾ ਪੂਰਵ ਦੇ ਵਿੱਚ ਪ੍ਰਾਣ ਤਿਆਗੇ ਸੀ ਜੀ ਸੋ ਚੰਦਰ ਗੁਪਤ ਮੌਰੀਆ ਨੇ ਪ੍ਰਾਣ ਕਦੋਂ ਤਿਆਗੇ ਜੀ 298 ਈਸਾ ਪੂਰਵ ਦੇ ਵਿੱਚ ਨੈਕਸਟ ਹੈ ਜੀ ਕੁਐਸਚਨ ਨੰਬਰ 36 ਕਿਹੜੇ ਯੂਨਾਨੀ ਇਤਿਹਾਸਕਾਰ ਨੇ ਸਰਯੂਕ ਅਤੇ ਚੰਦਰਗੁਪਤ ਮੌਰੀਆ ਵਿਚ ਹੋਏ ਯੁੱਧ ਦਾ ਵਰਣਨ ਜਿਹੜਾ ਕੀਤਾ ਜੀ ਸਹੀ ਆਨਸਰ ਹੈ ਜੀ ਆਪਸ਼ਨ ਡੀ ਇਹਦੀ ਆਸਨ ਦੇ ਅਨੁਸਾਰ ਜਿਹੜਾ ਹੈ ਇਹਦੀ ਆਸਨ ਨੇ ਜਿਹੜਾ ਹੈ ਚੰਦਰਗੁਪਤ ਮੌਰੀਆ ਤੇ ਸਰਯੂਕ ਦੇ ਯੁੱਧ ਦਾ ਵਰਣਨ ਕੀਤਾ ਜੀ ਕੁਐਸਚਨ ਨੰਬਰ 37 ਹੈ ਜੀ ਕਿਹੜੇ ਇਤਿਹਾਸਕਾਰ ਨੇ ਚੰਦਰਗੁਪਤ ਮੌਰੀਆ ਦੀ ਸੈਨਾ ਨੂੰ ਡਾਕੂਆਂ ਦਾ ਗਿਰੋਹ ਕਿਹਾ ਜੀ ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਜਸਟਿਨ ਸੋ ਜਸਟਿਨ ਜਿਹੜਾ ਹੈ ਉਹ ਲਿਖਦਾ ਹੈ ਕਿ ਚੰਦਰਗੁਪਤ ਨੇ ਡਾਕੂਆਂ ਦੇ ਛੰਡੂ ਨੂੰ ਇਕੱਠਾ ਕੀਤਾ ਤੇ ਭਾਰਤੀਆਂ ਨੂੰ ਯੂਨਾਨੀਆਂ ਦੇ ਵਿਰੁੱਧ ਵਿਦਰੋਹ ਕਰਨ ਲਈ ਉਤੇਜਿਤ ਕੀਤਾ ਜੀ ਸੋ ਇਸ ਤੋਂ ਇਹ ਵੀ ਪਤਾ ਲੱਗਦਾ ਕਿ ਚੰਦਰਗੁਪਤ ਨੇ ਜਿਹੜਾ ਯੂਨਾਨੀਆਂ ਦੇ ਵਿਰੁੱਧ ਯੁੱਧ ਕਰਕੇ ਪੰਜਾਬ ਨੂੰ ਜਿੱਤਿਆ ਸੀ ਜੀ ਸੋ ਜਸਟਿਨ ਵੀ ਜਿਹੜਾ ਯੂਨਾਨੀ ਲੇਖਕ ਸੀ ਜੀ ਇੱਕ ਨੈਕਸਟ ਹੈ ਜੀ ਕੁਐਸਚਨ ਨੰਬਰ 38 ਸਿਕੰਦਰ ਦੀ ਮੌਤ ਤੋਂ ਬਾਅਦ ਭਾਰਤ ਨੇ ਆਪਣੀ ਗਰਦਨ ਤੋਂ ਗੁਲਾਮੀ ਦਾ ਜੂੜਾ ਉਤਾਰ ਦਿੱਤਾ ਤੇ ਆਪਣੇ ਗਵਰਨਰਾਂ ਦੀ ਹੱਤਿਆ ਕਰ ਦਿੱਤੀ। ਇਸ ਸੁਤੰਤਰਤਾ ਦਾ ਜਨਮਦਾਤਾ ਜਿਹੜਾ ਹੈ ਸੈਂਡਰੋਕਟਸ ਸੀ ਜਿਸ ਦਾ ਕਥਨ ਇਹ ਜਿਹੜਾ ਕਥਨ ਹੈ ਕਿਸ ਦਾ ਹੈ ਜੀ? ਸਹੀ ਆਨਸਰ ਹੈ ਜੀ অপਸ਼ਨ ਡੀ। ਇਹ ਵੀ ਜਿਹੜਾ ਕਥਨ ਹੈ ਜਸਟਿਨ ਦਾ ਹੈ ਜੀ। ਕੁਐਸਚਨ ਨੰਬਰ ਕਿ 39 ਹੈ ਜੀ। ਸਭ ਤੋਂ ਪਹਿਲਾਂ ਕਿਸ ਨੇ ਚੰਦਰਗੁਪਤ ਮੌਰੀਆ ਨੂੰ ਸੈਂਡਰੋਕਟਸ ਦੇ ਸਮਾਨ ਮੰਨਿਆ ਜੀ? ਸਹੀ ਆਨਸਰ ਹੈ ਜੀ অপਸ਼ਨ ਏ ਵਿਲੀਅਮ ਜੋਨਸ ਨੇ ਜੀ ਕੁਐਸਚਨ ਨੰਬਰ 40 ਹੈ ਚੰਦਰਗੁਪਤ ਮੌਰੀਆ ਦਾ ਉੱਤਰਾਧਿਕਾਰੀ ਕੌਣ ਸੀ ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਬੀ ਬਿੰਦੂਸਰ ਜੀ ਬਿੰਦੂਸਰ ਜਿਹੜਾ ਹੈ ਚੰਦਰਗੁਪਤ ਮੌਰੀਆ ਦਾ ਉੱਤਰਾਧਿਕਾਰੀ ਸੀ ਜੀ ਹੋਰ ਉਹ ਚੰਦਰਗੁਪਤ ਮੌਰੀਆ ਦਾ ਪੁੱਤਰ ਸੀ ਜੀ ਸੋ ਇਹ ਸੀ ਜੀ ਅੱਜ ਦੇ ਆਪਣਾ ਚੰਦਰਗੁਪਤ ਮੌਰੀਆ ਦੇ ਜੀਵਨ ਦੇ ਨਾਲ ਰਿਲੇਟਡ 40 ਇੰਪੋਰਟੈਂਟ ਐਮਸੀਕਿਊ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਅਸ਼ੋਕ ਬਿੰਦੂਸਰ ਤੇ ਮੌਰੀਆ ਸਾਮਰਾਜ ਦਾ ਜਿਹੜਾ ਸ਼ਾਸਨ ਪ੍ਰਬੰਧ ਪ੍ਰਬੰਧ ਹੈ ਉਸ ਤੇ ਨਾਲ ਰਿਲੇਟਡ ਕੁਐਸਚਨ ਜਿਹੜੇ ਨੇ ਉਹ ਡਿਸਕਸ ਕਰਾਂਗੇ ਜੀ ਸੋ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਨਾ ਇਸ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ